ਜਿਮਣੀ ਚੋਣ ਦੀ ਕੀਤੀ ਆ ਇੱਕ ਗੱਲ ਤਾਂ ਸਪਸ਼ਟ ਹੋ ਗਈ ਆ ਕਿ ਕਾਂਗਰਸ ਦਾ ਉਮੀਦਵਾਰ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਿਆ ਜਿਹਨੇ 22 ਦੀ ਇਲੈਕਸ਼ਨ ਕਾਂਗਰਸ ਦੀ ਟਿਕਟ 'ਤੇ ਲੜੀ ਸੀ ਭਾਵੇਂ ਮੇਰੇ ਬੜੇ ਅਜ਼ੀਜ਼ ਨੇ ਰਿੰਕੂ ਜੀ 2017 'ਚ ਉਹ MLA ਰਹੇ ਔਰ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਬਹੁਤ ਕੁਝ ਘੋਸਦੀ ਹੈ ਮਗਰ ਜਦੋਂ ਇਲੈਕਸ਼ਨ ਲੜਾਉਣ ਦੀ ਗੱਲ ਆਉਂਦੀ ਹੈ ਤਾਂ ਫਿਰ ਕਾਂਗਰਸ 'ਚੋਂ ਹੀ ਬੰਦਾ ਲੱਭਦੇ ਇਹ ਹੀ ਸਪਸ਼ਟ ਹੋ ਗਿਆ ਕਿ ਇਹਨਾਂ ਦੀ ਪੋਲਿਸੀ ਕੀ ਆ ਜਿੱਥੇ ਤੱਕ ਜੋ ਹਾਲਾਤ ਜਿਮਨੀ ਚੋਣ ਦੇ ਹੈ ਮੈਨੂੰ ਇਹ ਸਮਝ ਆਉਂਦੀ ਹੈ ਕਿ ਜੋ ਲੋਅ ਐਂਡ ਆਰਡਰ ਦੇ ਪੰਜਾਬ ਦੇ ਹਾਲਾਤ ਬਣੇ ਆ ਜਿੰਨਾ ਮਾੜਾ ਹਾਲ ਹੈ ਲੋਅ ਐਂਡ ਆਰਡਰ ਦਾ ਫਿਰੌਤੀਆਂ ਦਾ ਗੈਂਗਸਟਰ ਇੰਟਰਵਿਊ ਦੇ ਰਿਹਾ ਜੇਲ੍ਹਾਂ 'ਚੋਂ ਸਰਕਾਰ ਸੁੱਤੀ ਪਈ ਹੈ ਹਿੰਦੂ ਸਿੱਖ ਏਕਤਾ ਖਤਰੇ 'ਚ ਹੈ ਬੰਦੇ ਇੱਕ ਦੂਜੇ ਦੇ ਧਰਮ ਪ੍ਰਤੀ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਜੋ 80 ਅਤੇ 90 'ਚ ਦੇਖਿਆ ਜਾਂਦਾ ਸੀ ਕੋਈ ਇਹੋ ਜਿਹੀ ਕਮਿਊਨਲ ਟੈਂਸ਼ਨ ਨਹੀਂ ਚਾਹੁੰਦਾ ਲੋਕ ਭਾਈਚਾਰਕ ਸਾਂਝ ਚਾਹੁੰਦੇ ਆ ਔਰ ਪਿਛਲੇ ਸਾਲ ਦੀ ਜੇ ਇੱਕ ਸਾਲ ਦੀ ਕਾਰਗੁਜ਼ਾਰੀ ਵੇਖੀਏ ਤਾਂ ਸਿਵਾਏ ਬਰੋਡ ਡੇਲਾਈਟ ਮਰਡਰਸ ਤੋਂ ਕਿਲਿੰਗ ਤੋਂ ਫਰੌਤੀਆਂ ਤੋਂ ਮਾੜੇ ਹਾਲ ਤੋਂ ਸਿਵਾਏ ਲੋਅ ਐਂਡ ਆਰਡਰ ਤੋਂ ਹੋਰ ਕੁਛ ਨਹੀਂ ਵੇਖਣ ਨੂੰ ਮਿਲਦਾ ਗੈਂਗਸਟਰ ਕਿਵੇਂ ਜੇਲ੍ਹਾਂ 'ਚੋਂ ਇੰਟਰਵਿਊ ਦੇ ਰਹੇ ਆ ਉਹ ਅੱਜ ਦੀ ਸੱਚਾਈ ਹੈ ਸਿੱਧੂ ਮੂਸੇਵਾਲੇ ਦਾ ਬਰੋਡ ਡੇਲਾਈਟ 'ਚ ਮਰਡਰ ਹੋ ਜਾਣਾ ਉਹ ਅਸਲੀਅਤ ਦੀ ਅੱਜ ਦੀ ਸੱਚਾਈ ਹੈ ਬਿਜ਼ਨਸਮੈਨਾਂ ਨੂੰ ਅੱਜ ਪੁਲਿਸ ਕੋਲ ਜਾਣਾ ਉਹ ਮਹਿਫੂਜ਼ ਨਹੀਂ ਸਮਝਦੇ ਉਹ ਫਿਰੌਤੀ ਦੇ ਕੇ ਚੁੱਪ ਕਰਕੇ ਘਰੇ ਬਹਿ ਜਾਂਦੇ ਕੋਈ ਪੰਜਾਬ ਇਨਵੈਸਟਮੈਂਟ ਸਮਿਟ ਜਿਹੜਾ ਹੋਇਆ ਉਹਨੇ ਹੀ ਸਪਸ਼ਟ ਕਰਤਾ ਕਿ ਪੰਜਾਬ 'ਚ ਕੋਈ ਨਿਵੇਸ਼ ਕਰਕੇ ਰਾਜ਼ੀ ਨਹੀਂ ਇੱਕ ਇਨਵੈਸਟਰ ਤੁਸੀਂ ਦੱਸ ਦਿਓ ਜਿਹੜਾ ਕੋਈ ਤਗੜਾ ਇੰਡਸਟਰੀਅਲਿਸਟ ਦੇਸ਼ ਦਾ ਉਸ ਇਨਵੈਸਟਮੈਂਟ ਸਮਿਟ 'ਤੇ ਆਇਆ ਹੋਵੇ ਮੀਆਂ ਮਿੱਠੂ ਬਣੇ ਸੀ ਅਫਸਰ ਥੱਲੇ ਬਿਠਾਏ ਸੀ ਉਹ ਤਾੜੀਆਂ ਮਾਰੀ ਜਾ ਰਹੇ ਵਿਚਾਰੇ ਅਫਸਰ ਨੇ ਤਾਂ ਹੁਣ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਤਾੜੀ ਉਹ ਤਾਂ ਜ਼ੋਰ ਜ਼ੋਰ ਦੀ ਤਾਂ ਸਾਰਾ ਕੁਝ ਮਰਵਾ ਲਓ ਉਹਦੇ ਤੋਂ ਉਹ ਤਾਂ ਮਾਰੂ ਤਾੜੀ ਕਿਉਂਕਿ ਉਹਨੂੰ ਬਦਲੀ ਚਾਹੀਦੀ ਆ ਉਹਨੇ 4 ਸਾਲ ਕੰਮ ਕਰਨਾ ਸਰਕਾਰ 'ਚ ਇਸ ਲਈ ਮਗਰ ਬਿਜ਼ਨਸਮੈਨ ਵੱਲੋਂ ਬਿਲਕੁਲ ਉਹਨੂੰ ਰਿਜੈਕਟ ਕੀਤਾ ਗਿਆ ਇਹਨਾਂ ਦੀ ਇਨਵੈਸਟਮੈਂਟ ਪੋਲਿਸੀ ਨੂੰ ਇਹ ਸਾਹਮਣੇ ਦੇਖਣ ਨੂੰ ਆਇਆ ਭਗਵੰਤ ਮਾਨ ਅੱਜ ਵੱਡੇ ਐਲਾਨ ਕਰ ਰਹੇ ਨੇ ਮੁੱਖ ਮੰਤਰੀ ਅੱਜ PC ਕਰ ਰਹੇ ਨੇ ਕਹਿੰਦੇ ਪੰਜਾਬੀ ਲਈ ਵੱਡੇ ਐਲਾਨ ਕਰ ਰਹੇ ਕਿਸ ਤਰ੍ਹਾਂ ਹੈ ਹੀ ਐਲਾਨੀਆਂ ਮੁੱਖ ਮੰਤਰੀ ਆ ਨਿਰੇ ਐਲਾਨ ਤੀ ਆ ਕਿਸਾਨ ਮੁਆਵਜ਼ੇ ਦੀ ਗੱਲ ਹੀ ਮੈਂ ਜੇ ਅੱਜ ਕਰਦੇ ਹਾਂ ਕਿਸਾਨਾਂ ਨੂੰ ਪਿਛਲੀ ਗੁਲਾਬੀ ਸੁੰਡੀ ਦੇ ਪੈਸੇ ਅੱਜ ਤੱਕ ਨਹੀਂ ਦਿੱਤੇ ਮੇਰੇ ਕੋਲ ਤਾਂ ਹਲੇ ਵੀ ਉਹ ਫੋਟੋ ਇਹਦੀ ਸਾਹਮਣੇ ਚੇਤੇ ਆਉਂਦੀ ਹੈ ਜਦ ਫਿਰਿਆ ਸੀਗਾ ਜਾ ਕੇ ਬਠਿੰਡੇ ਅੱਜ ਤੱਕ ਉਹਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਿਹੜੇ ਮੈਂ ਆਪਦੇ ਹਲਕੇ 'ਚ ਜਾ ਕੇ ਆਇਆ ਪਰਸੋਂ ਚੌਥ ਮਜੀਠੇ 'ਚ ਉੱਥੇ ਹਲੇ ਤੱਕ ਗਿਰਦਾਵਰੀ ਕਰਨ ਲਈ ਲੋਕ ਨਹੀਂ ਪਹੁੰਚੇ ਅਤੇ ਤੁਸੀਂ ਕਿਵੇਂ ਵਿਸਾਖੀ ਤੋਂ ਪਹਿਲਾਂ ਦੇ ਦਿਓਗੇ ਅਤੇ ਕੀ 15,000 ਜਿਨ੍ਹਾਂ ਦੀ ਫਸਲ ਹੀ ਖਤਮ ਹੋ ਗਈ ਆ ਫਸਲ ਕਾਲੀ ਪੈ ਗਈ ਹੈ ਫਸਲ ਬਿਲਕੁਲ ਹੀ ਫਿਨਿਸ਼ ਹੋ ਗਈ ਹੈ ਡਿੱਗ ਗਈ ਸੀ ਕੋਈ ਰਹੇ ਹੀ ਨਹੀਂ ਦਾਣੇ ਕਿ ਉਹਦਾ 15,000 ਨਾਲ ਗੁਜ਼ਾਰਾ ਹੋ ਜੂ ਕਿਸਾਨ ਜਥੇਬੰਦੀਆਂ ਕਹਿ ਰਹੇ ਸਾਰੇ ਕਹਿ ਰਹੇ ਇਹਨਾਂ ਕਿ 50,000 ਦਿਓ ਆਪ ਨੇ ਤਾਂ ਆਪਣੇ ਚੋਣ ਮੈਨੀਫੈਸਟੋ 'ਚ ਕਿਹਾ ਸੀ ਜੀ 20,000 ਦੇਵਾਂਗੇ ਇਸ ਲਈ ਕਿਸੇ ਗੱਲ 'ਤੇ ਨਾ ਕਿਸਾਨੀ ਸੁਸਾਈਡ ਕਿੱਥੇ ਜਾ ਰਹੀ ਹੈ ਸੁਸਾਈਡ ਕੇਸਿਸ ਫੇਰ ਵਧਣ ਲੱਗ ਗਏ ਔਰ ਮੈਨੂੰ ਤਾਂ ਉਹ 'ਚ ਵੀਡੀਓ ਵੀ ਚੇਤੇ ਆਉਂਦੀ ਹੈ ਜਦੋਂ ਕੇਜਰੀਵਾਲ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣ ਲੈਣ ਦਿਓ ਇੱਕ ਕਿਸਾਨ ਸੁਸਾਈਡ ਨਹੀਂ ਕਰੂਗਾ ਅਤੇ ਉਹਨਾਂ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ ਇਸ ਲਈ ਹਰ ਪੱਖ ਤੋਂ ਚਾਹੇ ਵਪਾਰੀ ਹੈ ਚਾਹੇ ਕਿਸਾਨ ਹੈ ਚਾਹੇ ਮੁਲਾਜ਼ਮ ਹੈ ਚਾਹੇ ਇੰਡਸਟਰੀ ਆ ਹਰੇਕ ਨਾਲ ਧੋਖਾ ਹੋ ਰਿਹਾ ਔਰ ਜੋ ਹਾਲਾਤ ਬਣੇ ਆ ਸੂਬੇ ਦੇ ਤੁਹਾਡੇ ਸਾਹਮਣੇ ਆ ਮਤਲਬ ਹੋਮ ਮਿਨਿਸਟਰ ਕੀ ਸਾਰੀ ਉਸ 'ਤੇ ਚਿੰਤਾ ਪ੍ਰਗਟ ਕਰ ਰਹੇ ਚਾਹੇ ਗਵਰਨਰ ਸਾਹਿਬ ਨੇ ਚਾਹੇ ਹੋਮ ਮਿਨਿਸਟਰ ਸਾਹਿਬ ਨੇ ਚਾਹੇ ਓਪੋਜੀਸ਼ਨ ਪਾਰਟੀਆਂ ਨੇ ਇਕੱਲਾ ਇਹ ਡੂੰਘੀ ਨੀਂਦ 'ਚ ਸੁੱਤੇ ਮੁੱਖ ਮੰਤਰੀ ਜੇਕਰ ਕਹੇ GST 'ਚ ਵਾਧਾ ਹੋਇਆ 16.5% ਟੌਪ 10 'ਚ ਆ ਗਏ GST 'ਚ ਦੇਸ਼ 'ਚ ਵਾਧਾ ਹੋਇਆ ਇਹਦੇ ਇਕੱਲੇ 'ਚ ਨਹੀਂ ਹੋਇਆ ਝੰਡੇ ਨੂੰ ਨਹੀਂ ਸਮਝ ਭਾਈ ਇਹਨਾਂ ਗੱਲਾਂ ਦੀ ਜੇ ਇਸ ਗੱਲ ਦੀ ਸਮਝ ਨਾ ਹੋਵੇ ਉਹਨੂੰ ਉਹ ਤਾਂ ਜੋ ਮਰਜ਼ੀ ਕਹਿ ਦਿਓ ਸਾਰੇ ਦੇਸ਼ 'ਚ GST 'ਚ ਵਾਧਾ ਹੋਇਆ ਇਹ ਇਕੱਲਾ ਪੰਜਾਬ ਸੂਬੇ ਦਾ ਫਿਨੋਮਨਾ ਨਹੀਂ ਹੈ ਸਾਰੇ ਸੂਬਿਆਂ 'ਚ ਵਧਿਆ ਗੱਲ ਉਹ ਕਰਨ ਦੇ ਆਪਦੇ ਸੂਬੇ 'ਚ ਕੀ ਹੋਇਆ ਇੱਕ ਚਲੋ ਇਹ ਕਹਿੰਦੇ ਜੀ ਬਹੁਤ ਕੰਮ ਚੰਗਾ ਪਿਛਲੇ ਸਾਲ ਤੋਂ ਹੁਣ ਤੱਕ ਇੱਕ ਵੀ ਪਲਾਂਟ ਦੀ ਨਵੇਂ ਦਾ ਨੀਂਹ ਪੱਥਰ ਜਾਂ ਇਨੋਗਰੇਸ਼ਨ ਉਹ ਇੱਕੋ ਕੈਪਟਨ ਸਾਹਿਬ ਨੇ ਬਣਾਇਆ ਸੀ ਉਹਦੀ ਜਾ ਕੇ ਦੀਵਾਰ ਤੋਂ ਲਾ ਤਾ ਲੀਪਾ ਪੋਛੀ ਅਤੇ ਕਹਿੰਦੇ ਅਸੀਂ ਬਣਾਇਆ ਉਹਦੀ ਵੀਡੀਓ ਆ ਗਈ ਜਰਮਨੀ ਗਏ ਸੀ ਜਹਾਜ਼ ਨਹੀਂ ਚੜ੍ਹ ਸਕੇ ਕਿਉਂ ਨਹੀਂ ਚੜ੍ਹ ਸਕੇ ਪੁੱਛੋ ਨਾ
ਨਾਲਦਿਆਂ ਨੂੰ ਪੁੱਛੋ ਕੀ ਚੱਕਰ ਚੱਲਿਆ। ਨਵਜੋਤ ਸਿੰਘ ਬਿਆਨ ਦਾ ਕਾਂਗਰਸ 'ਚ ਬਲ ਮਿਲੂਗਾ, ਤੁਸੀਂ ਕਿਵੇਂ ਜੱਜ ਕਰਦੇ? ਚਲੋ ਚੰਗੀ ਗੱਲ ਹੈ ਜੀ, ਜੇ ਮੈਂ ਉਹਨਾਂ ਦੇ ਪਰਿਵਾਰ ਵੱਲੋਂ, ਕਿਉਂਕਿ ਦੇਖੋ ਉਹਨਾਂ ਦੇ ਵਾਈਫ ਬਿਮਾਰ ਸੀ, ਉਹ ਵਾਪਸ ਆਏ ਆ, ਪਰਿਵਾਰ ਹਰ ਬੱਚਾ ਆਪਦੇ ਬਾਪ ਨੂੰ ਮਾਪਿਆਂ ਦੀ ਸੁੱਖ ਮੰਗਦਾ, ਉਹਨੂੰ ਉਡੀਕਦੇ ਸਨ। ਇਸ ਲਈ ਮੈਂ ਜੇ ਉਹਨਾਂ ਦੇ ਬੱਚਿਆਂ ਦੇ ਨਜ਼ਰੀਏ ਤੋਂ ਵੇਖਾਂ ਜਾਂ ਉਹਨਾਂ ਦੇ ਵਾਈਫ ਦੇ ਨਜ਼ਰੀਏ ਤੋਂ ਵੇਖਾਂ, ਤਾਂ 10 ਮਹੀਨੇ ਬਾਅਦ ਉਹ ਆਏ ਆ ਇੱਥੇ ਪਰਿਵਾਰ ਦੇ ਨਾਲ ਜਿਹੜਾ ਬਣਾਇਆ ਹੋਇਆ ਨੌਜਵਾਨਾਂ 'ਚ, ਪੰਜਾਬ ਦੇ ਨੌਜਵਾਨ ਜਿਹੜੇ ਕਹਿ ਰਹੇ ਨੇ NSA ਦੇ ਜੀ ਅਸੀਂ ਖਿਲਾਫ ਹਾਂ, ਦੁਰਵਰਤੋਂ NSA ਦੀ ਹੋ ਰਹੀ ਆ, ਔਰ ਉਹਦੇ ਲਈ ਜ਼ਿੰਮੇਵਾਰ ਭਗਵੰਤ ਮਾਨ ਅਤੇ ਕੇਂਦਰ ਦੀ ਸਰਕਾਰ ਹੈ। ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਟੈਂਡ ਪਹਿਲਾਂ ਹੀ ਸਪਸ਼ਟ ਕਰ ਦਿੱਤਾ। ਪਹਿਲਾਂ ਤੁਸੀਂ ਲਾਅ ਐਂਡ ਆਰਡਰ ਨੂੰ ਕੰਟਰੋਲ ਨਾ ਕਰੋ, ਥਾਣੇ ਦੇ ਹਾਲਾਤ ਜੋ ਜਨਾਲੇ 'ਚ ਬਣੇ, ਇਹ ਫੇਲੀਅਰ ਕਿਹਦਾ ਸੀ? ਸਰਕਾਰ ਦਾ, ਭਗਵੰਤ ਮਾਨ ਦਾ। ਕਾਲੀ ਦੇਵੀ ਮੰਦਿਰ ਜੋ ਅਟੈਕ ਹੋਇਆ 1 ਸਾਲ ਪਹਿਲਾਂ, ਉਹ ਫੇਲੀਅਰ ਕਿਹਦਾ ਸੀ? ਸਰਕਾਰ ਦਾ ਸੀ। ਇੰਟੈਲੀਜੈਂਸ ਫੇਲੀਅਰ ਹੋਇਆ, ਸਰਕਾਰ ਦਾ ਪ੍ਰਸ਼ਾਸਨਿਕ ਫੇਲੀਅਰ ਹੋਇਆ। ਅੱਜ ਤੁਸੀਂ NSA ਲਾ ਕੇ ਕੀ ਤੁਸੀਂ ਸਹੀ ਕੰਮ ਕਰ ਰਹੇ ਹੋ? ਬਿਲਕੁਲ ਗਲਤ ਕਰ ਰਹੇ। ਜੋ ਬਣਦੀ ਕਾਰਵਾਈ ਉਹ ਕਰੋ, ਇਸ ਤਰ੍ਹਾਂ ਧੱਕਾ ਨਹੀਂ ਚੱਲਣਾ। ਸਵਾਲ ਹੈ ਮਜੀਠ ਸਾਹਿਬ, ਜਿਹੜਾ ਭਗਵੰਤ ਮਾਨ ਨੇ ਕਿਹਾ ਵੀ ਕੋਰਟ ਨੇ ਮੇਰੇ ਲਵੇ ਜਿਹੜਾ ਡਰੱਗ ਦੀਆਂ ਫਾਈਲਾਂ ਨੇ ਮੇਰੇ ਲਵੇ ਪਹੁੰਚ ਚੁੱਕੀਆਂ ਨੇ, ਚਾਹੇ ਸਾਡਾ ਅਧਿਕਾਰੀ ਚਾਹੇ ਕੋਈ ਸਾਬਕਾ ਮੰਤਰੀ ਅੰਦਰ ਜਾਣਗੇ, ਕੀ ਕੋਰਟ ਭੇਜ ਸਕਦੇ ਮੁੱਖ ਮੰਤਰੀ? ਉਹ ਝੰਡੇ ਨੂੰ ਕੱਖ ਨਹੀਂ ਪਤਾ, ਮੈਂ ਤੁਹਾਨੂੰ ਦੱਸ ਰਿਹਾ, ਇਹ ਕੁੱਕੜ ਦਾ ਨਹੀਂ ਪਤਾ, ਐਵੇਂ ਬੋਲੀ ਜਾਂਦਾ ਫਜ਼ੂਲ 'ਚ।